ਗੋਲ ਗੱਤੀਆਂ ਜੂਰੜਾ ਵਾਰਿਆ ਈ ਨਹੀਂ, ਗਾਲ ਕੱਢੀ ਹੱਥ ਜੋੜਨੀ ਆ, ਹੱਥ ਲਾਨਾ ਹੀ ਤੈਨੂੰ ਮਾਰਿਆ ਈ ਵੇ। ਅਸਾਂ ਹੱਸ ਕੇ ਆਣ ਸਲਾਮ ਕੀਤਾ, ਆਖ ਕਾਹਨੂੰ ਮਕਰ ਪਸਾਰਿਆ ਈ, ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ ਵੇ ਤੇਥੋਂ ਘੋਲਿਆ ਕੋੜਵਾ ਸਾਰਿਆ ਈ ਸੁੰਜੀ ਫਿਰਾ ਵੇ ਤ੍ਰਿੰਜਣੀ ਚੈਨ ਨਹੀਂ ਸੀ ਇਹ ਅੱਲਾ ਵਾਲਿਆਂ ਨੇ ਸਾਨੂੰ ਤਾਰਿਆ ਈ ਸੁੰਜੀ ਫਿਰਾ ਤ੍ਰਿੰਜਣੀ ਚੈਨ ਨਹੀਂ ਸੀ ਅੱਲਾ ਵਾਲਿਆਂ ਨੇ ਸਾਨੂੰ ਤਾਰਿਆ ਈ ਵਾਰਸ ਸ਼ਾਹ ਹੈ ਕੌਣ ਸ਼ਰੀਕ ਯੋਸਦਾ ਜਿਸ ਦਾ ਰੱਬ ਨੇ ਕੰਮ ਸਵਾਰਿਆ। ਅਬਰਾਰ ਸੈਣ, ਅਬਰਾਰ ਸੈਣ ਨਾਰੋਵਾਲ ਤੋਂ ਤਸ਼ਰੀਫ ਲਿਆ ਨੇ, ਮਾਸ਼ਾਅੱਲਾ ਤਸ਼ਰੀਫ ਰੱਖੋ। ਮੂਹੋਤ ਕਤੂਤੀਆਂ ਠਾਕ ਜ਼ੁਬਾਨ ਨੂੰ ਗੰਦਿਆ ਵੇ ਗੰਨਾ ਵਿੱਚ ਤੰਨਾ ਵੇ ਤੂੰ ਪਸਰ ਬੈਠੋ ਕਿਸੇ ਬਾਗ ਪਰੀ ਦਿਆ ਚੰਡਿਆ ਵੇ ਤੇਰੀਆਂ ਕੁੜੀਆਂ ਚਿਤਰਾ ਸਾ ਜਦੋਂ ਚਾੜ ਖਰਾ ਦਿੱਤੇ ਰੰਧਿਆ ਵੇ ਔਖੇ ਵੇਲੇ ਛੁਡਾ ਸੀ ਕੌਣ ਤੈਨੂੰ ਹੋ ਮੀਆਂ ਬਾਦ ਸਾ ਰੱਬ ਦਿਆ ਬੰਦਿਆ ਸਾਡੇ ਕੋਲ ਇੱਕ ਸ਼ਬੀਰ ਕਦੀਮੀ ਵੀ ਬੈਠਾ ਇਨਸ਼ਾਅੱਲਾ ਮਹਿਕਮਾ ਪੁਲਿਸ ਦਾ ਰਿਟਾਇਰ ਲੇਕਿਨ ਵੀਰ ਪੜ੍ਹਦੇ ਇਹਨੂੰ ਵੀ ਬੱਚੀ 30 ਸਾਲ ਹੋ ਗਏ ਉਹ ਵੀ ਪੜ੍ਹੇਗਾ ਅਤੇ ਸਾਡੇ ਕੋਲ ਐਡਵੋਕੇਟ ਅਨਵਰ ਆਜ਼ਾਦ ਸਾਹਿਬ ਵਕੀਲ ਵੀ ਨੇ ਅਤੇ ਹਿਰਦਾ ਇਸ਼ਕ ਵੀ ਲੱਗ ਗਿਆ ਉੱਥੇ ਆਪਣੇ ਦਫ਼ਤਰ 'ਚ ਬਹਿ ਕੇ ਕੇਸਾਂ ਨੂੰ ਵੀ ਪੜ੍ਹਦੇ ਰਹਿੰਦੇ ਨੇ ਅਤੇ ਨਾਲ ਨਾਲ ਹੀਰ ਵੀ ਪੜ੍ਹਦੇ ਰਹਿੰਦੇ ਨੇ ਹਾਂਜੀ ਐਡਵੋਕੇਟ ਅਨਵਰ ਆਜ਼ਾਦ ਅਤੇ ਸਾਡੇ ਸਾਹਮਣੇ ਮੀਆਂ ਨਜ਼ੀਰ ਸਾਹਿਬ ਦੇ ਨਾਲ ਇੱਕ ਐਸੀ ਚੀਜ਼ ਆਈ ਹੈ ਇੰਡੀਆ ਵੀ ਸਾਡੇ ਨਾਲ ਫਿਰਦੀ ਰਹੀ ਹੈ ਅਸਗਰ ਭਲਵਾਨ ਇਹ ਉਹ ਭਲਵਾਨ ਹੈ ਜਿਹਨੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦਾ ਅਤੇ ਨਹੀਂ ਤਾਂ ਪੰਜਾਬ ਦੇ ਪੰਜਾਬੀਆਂ ਦੀ ਜਿਹੜੀ ਸਾਂਝ ਸੀ ਨਾ ਜਿਹੜਾ ਪਿਆਰ ਸੀ ਪਤਾ ਕਿਹੜਾ
ਉਹ ਜਿਹੜੇ ਇਕੱਠੇ ਰਹਿ ਕੇ ਜੱਜਾਂ ਜਿਹਨਾਂ ਦੇ ਇੱਕ ਦੂਜੇ ਨੂੰ ਸੱਦਦੇ ਹੁੰਦੇ ਸਨ, ਇਸ ਭਲਵਾਨ ਦੇ ਨਾਂ ਦੀਆਂ ਤਾੜੀਆਂ ਮਾਰੋ, ਇਹਨੇ ਇੱਧਰ ਦਿਆਂ ਨੂੰ ਉੱਧਰ ਦਿਆਂ ਨਾਲ ਮਿਲਾਇਆ, ਉੱਧਰ ਦਿਆਂ ਨੂੰ ਇੱਧਰ ਦਿਆਂ ਨਾਲ ਮਿਲਾਇਆ। ਅਸਗਰ ਭਲਵਾਨ ਦੇ ਨਾਲ ਮੀਆਂ ਨਸੀਰ ਸਾਹਿਬ ਦੀ ਤਰਫੋਂ, ਉਸ ਕਮੇਟੀ ਦੀ ਤਰਫੋਂ, ਸਭ ਦੀ ਤਰਫੋਂ ਅਸਗਰ ਭਲਵਾਨ ਸਾਹਿਬ ਤੁਹਾਡਾ ਦਿਲ ਦੀਆਂ ਗਹਿਰਾਈਆਂ ਨਾਲ ਪੀਰ ਬਾਰਿਸ਼ਾਹ ਦੀ ਨਗਰੀ 'ਚ ਖੁਸ਼ ਆਮਦੀਦ ਜਨਾਬ ਐਡਵੋਕੇਟ ਅਨਵਰ ਆਜ਼ਾਦ ਸਾਹਿਬ। ਜਾਹਿਲ ਫਾਸਕ ਨੇ ਜਗ ਨੂੰ ਮਤ ਦਿੰਦੇ, ਦਾਨਿਸ਼ਮੰਦ ਦੀ ਮਤ ਖਵਾਰ ਹੋਈ, ਹੱਕ ਸੱਚ ਦੀ ਗੱਲ ਨਾ ਕਰੇ ਕੋਈ, ਹੋ ਝੂਠ ਬੋਲਣਾ ਰਸਮ ਸੰਸਾਰ ਹੋਈ, ਮਜਲਸ ਲਾ ਕੇ ਕਰਨ ਹਰਾਮ ਕਾ, ਤੇ ਮਜਲਸ ਲਾ ਕੇ ਕਰਨ ਹਰਾਮ ਕਾ, ਜ਼ਾਲਿਮਾਂ ਤੇਜ਼ ਕਟਾਰ ਹੋਈ, ਸੂਬੇਦਾਰ ਤੇ ਹਾਕਮ ਨਾ ਸ਼ਾ ਕੋਈ, ਹੋ ਰਈਅਤ ਮੁਲਕ ਤੇ ਸਭ ਉਜਾੜ ਹੋਈ, ਬਹੁਤ ਅੱਛੇ ਜੀ ਐਡਵੋਕੇਟ ਸਾਹਿਬ। ਇਨਸ਼ਾਅੱਲਾ ਇਹ ਤੁਹਾਡਾ ਜਿਹੜਾ ਵਾਰਿਸ ਸ਼ਾਹ ਸਰਕਾਰ ਨਾਲ ਇਸ਼ਕ ਹੈ ਨਾ, ਤੁਸੀਂ ਵੀ ਵਕੀਲ ਹੋ ਨਾ, ਇਹ ਵੀ ਜੇ ਇਸ਼ਕ ਸੱਚਾ ਹੋਇਆ ਤਾਂ ਤੁਹਾਡਾ ਵਕੀਲ ਬਣ ਜਾਏਗਾ, ਖੈਰ ਹੋਵੇ। ਅੱਛਾ ਗੱਲ ਇਹ ਵੇ ਕਿ ਅੱਜ ਮੌਕਾ ਮਿਲਿਆ, ਮੈਂ ਤਾਂ ਇਹ ਮਸ਼ਹੂਰ ਹਾਂ
ਏਸੀ ਸਾਹਿਬ ਸਾਡੇ ਵਿੱਚ ਬੈਠੇ ਨੇ। ਇਹ ਜਿਹੜੀ ਮੈਂ ਹੀਰ ਪੜ੍ਹਦੇ ਇੰਨਾ ਚਿਰ ਹੋ ਗਿਆ, ਜੇ ਏਸੀ ਸਾਹਿਬ ਨੇ ਜਦੋਂ ਕਿਹਾ ਨਾ ਮਨੀਰ ਸ਼ਾਕਰ ਅਤੇ ਇਰਫਾਨ ਅੰਸਾਰੀ, ਇਹ ਮਨੀਰ ਸ਼ਾਕਰ ਪਤਾ ਨਹੀਂ ਕਿ ਬੰਦੇ ਸੱਦ ਕੇ ਉਹਨੂੰ ਲੈ ਗਏ ਨੇ, ਕਿਤੇ ਮਸਰੂਫ ਆ ਜਾਂਦਾ ਉਹ ਵੀ। ਇਹਨਾਂ ਜਦੋਂ ਸਾਨੂੰ ਕਿਹਾ ਨਾ ਏਸੀ ਸਾਹਿਬ ਨੇ, ਲੈ ਇਰਫਾਨ ਅੰਸਾਰੀ ਅੱਜ ਯਾਰ ਵੰਡ ਕਰਕੇ ਅੱਜ ਦੱਸੀਏ, ਅੱਜ ਵੇਖੀਏ, ਅੱਜ ਪੀਰ ਦਾ ਮੇਲਾ ਵੇਖੀਏ। ਹੈਂ, ਗੱਲ ਪਤਾ ਕੀ ਹੈ, ਅੱਜ ਅਸਾਂ ਉਹਨਾਂ ਵਾਰਸ਼ਾਂ ਦੇ ਆਸ਼ਕਾਂ ਨੂੰ ਜ਼ਰੂਰ ਮੈਂ ਦੱਸਣਾ, ਜਿਹੜੇ ਸਾਲ ਬਾਅਦ 100-100 ਦੇਗ ਪਕਾ ਕੇ ਅਤੇ ਕੋਈ ਦੋ ਕਿੱਲਿਆਂ 'ਚ ਪੀਰ ਵਾਰਸ਼ਾਹ ਸਰਕਾਰ ਦਾ ਨਾਰਾ ਜਪ ਕੇ ਅਤੇ ਹੀਰ ਪੜ੍ਹਦੇ ਨੇ, ਨਾਲੇ ਸੁਣਾਉਂਦੇ ਨੇ, ਨਾਲੇ ਸੁਣਦੇ ਨੇ, ਨਾਲੇ ਬੁਲਾਉਂਦੇ ਨੇ। ਇਹ ਇੱਕ ਹਸਤੀ ਕਸੂਰ ਤੋਂ ਡਾਕਟਰ ਅਮੀਨ ਸਾਹਿਬ, ਜਿਹੜੇ ਕਮ ਅਜ਼ ਕਮ 14 ਸਾਲ ਤੋਂ, ਕਦੀ ਤੁਸੀਂ ਕਸੂਰ ਦੇ ਇੱਕ ਕਸਬੇ ਥੇ ਸ਼ੇਖਮ 'ਚ ਜਾ ਕੇ ਵੇਖੋ ਜਦੋਂ ਇਹ ਮਹਿਫਲ ਕਰਾਉਂਦੇ ਨੇ, 7-8 ਸਾਲ, 10 ਸਾਲ ਮੈਨੂੰ ਵੀ ਹੋ ਗਏ ਨੇ ਜਾਂਦਿਆਂ। ਇਹ ਆਉਣ ਵਾਲਿਆਂ ਦੀ ਬੜੀ ਇੱਜ਼ਤ ਕਰਦੇ ਨੇ, ਲੰਗਰ ਵੀ ਖਵਾਉਂਦੇ ਨੇ, ਸਾਰੀ ਰਾਤ ਹੀਰ ਵੀ ਪੜਾਉਂਦੇ ਨੇ, ਅਤੇ ਤਕਦੀਰ ਇਹਨਾਂ ਨੂੰ ਅੱਜ ਲੈ ਆਈਏ, ਸਰਕਾਰ ਦੀ ਮੁਹੱਬਤ ਵੀ ਅੱਜ ਲੈ ਆਈਏ। ਅਤੇ ਜਿੰਨੇ ਵੀ ਮੇਰੇ ਪੀਰ ਦੇ ਆਸ਼ਕ ਹੋ, ਮੇਲੇ ਲਵਾਉਂਦੇ ਹੋ, ਲੰਗਰ ਪਕਾਉਂਦੇ ਹੋ, ਹੀਰ ਪੜਾਉਂਦੇ ਹੋ, ਸਣੇ ਅਫਸਰਾਂ ਸਾਰੇ ਆਪਣੇ ਨਾਂ ਦੀਆਂ ਤਾੜੀਆਂ ਮਾਰਨ ਯਾਰ, ਉਹ ਤੁਹਾਡੇ ਪੀਰਾਂ ਦੀਆਂ ਵੀ ਖੈਰਾਂ। ਕਿਉਂਕਿ ਮੈਂ ਵਾਰ ਵਾਰ ਇਸ ਤੋਂ ਮਹਿਕਮਿਆਂ ਦਾ ਸ਼ੁਕਰੀਆ ਅਦਾ ਕਰਨਾ, ਮਹਿਕਮਾ ਪੁਲਿਸ ਸਾਹਿਬ ਦਾ, DPO ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਦਾ, ਜੀ DC ਸਾਹਿਬ, ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੀ ਸਾਰੀ ਟੀਮ ਦਾ, ਔਰ ਮਹਿਕਮਾ ਸਿਹਤ 1122, ਮਹਿਕਮਾ ਸਿਵਲ ਡਿਫੈਂਸ, ਔਰ ਜਿੰਨੇ ਵੀ ਦੂਸਰੇ ਅਦਾਰੇ ਨੇ, ਉਰਸ ਕਮੇਟੀ ਵਾਰਸ਼ਾਹ। ਯਾਰ ਪਤਾ ਕੀ ਗੱਲ ਹੈ, ਕਿਉਂਕਿ ਵੇਖਿਆ ਹੋਵੇ ਨਾ, ਫਿਰ ਪਤਾ ਲੱਗਦਾ ਧੁੱਪਾਂ ਦੇ ਵਿੱਚ ਕੰਮ ਕਰਨਾ। ਇਹਨਾਂ ਨੂੰ ਨਾ ਇਹਨਾਂ ਵਾਸਤੇ ਦੁਆ ਨਾਲ ਜ਼ਰੂਰ ਕਰਦੇ ਰਿਹਾ ਜੇ, ਕਿਉਂ, ਕਿਉਂਕਿ ਸਾਰੀ ਦੁਨੀਆ ਦੀ ਸੇਵਾ, ਹਫਾਜ਼ਤ ਔਰ ਉਹ ਮੈਨੇਜਮੈਂਟ ਜਿਹੜੀ ਹੈ, ਉਹਦਾ ਇਹ ਦਿਨ ਰਾਤ ਕੰਮ ਕਰਦੇ ਨੇ। ਇਹ ਮੈਂ ਵਾਰ ਵਾਰ ਕਹਿਣਾ, ਆਵਾਜ਼ ਆਰ ਨਾ ਹੋਇਆ ਜੇ, ਮਾਰੋ ਤਾੜੀਆਂ, ਤੁਹਾਡੀ ਖੈਰ ਹੋਵੇ। ਬਸ਼ਾਰਤ ਅਲੀ ਸਿਆਲਕੋਟ ਤੋਂ, ਬਸ਼ਾਰਤ ਅਲੀ ਸਿਆਲਕੋਟ ਤੋਂ ਅਗਰ ਮੇਰੀ ਆਵਾਜ਼ ਸੁਣ ਰਿਹਾ ਤੇ ਆ ਜਾਏ, ਅਗਲਾ ਬੰਦਾ ਦੱਸੋ ਜੀ। ਮੁਹੰਮਦ ਖਲੀਲ ਰਾਏਵੰਡ ਤੋਂ ਜੀ, ਮੁਹੰਮਦ ਖਲੀਲ ਬੋਲੀ ਹੀਰ ਵਿਆੜਿਆ ਜਾ ਸਾਥੋਂ, ਤੇ ਕੋਈ ਖੁਸ਼ੀ ਨਾ ਹੋਵੇ ਤੇ ਹੱਸੀਏ, ਵਿੱਚੋਂ ਜਿਉ ਦਾ ਭੇਤ ਚਾ ਦੱਸੀਏ ਕਿਉਂ, ਤੇ ਜਿਹੜਾ ਕੰਨ ਲੱਭੇ ਟਿਕੇ
ਨਸ ਮਗਰ ਲੱਗ ਕੇ ਉਸ ਨੂੰ ਤਸੀਏ ਇਹ ਕਿਉਂ ਜੇਤਾ ਅਲਾਜ ਨਾ ਜਿਨ ਭੂਤ ਤੇ ਜਦ ਨੇ ਦੱਸੀਏ ਕਿਉਂ ਤੇ ਜੇ ਤੂੰ ਤਿਰਲਾ ਉਹ ਤੱਕ ਵਾਹੀ ਜੋਤਰੇ ਛੱਡ ਕੇ ਨਸੀਏ ਇਹ ਕਿਉਂ ਵਾਰਸੀ ਸ਼ਾਹ ਉਜਾੜ ਕੇ ਵਸਦਿਆਂ ਨੂੰ ਹੋ ਆਪ ਖੈਰ ਦੇ ਨਾਲ ਫਿਰ ਵਸੀਏ ਕਿਉਂ ਬਹੁਤ ਸ਼ੁਕਰੀਆ ਜੀ ਆਓ ਜੀ ਅੰਮ੍ਰਿਤਸਰ ਸਾਹਿਬ ਆਓ ਕਿੱਥੋਂ ਆਇਓ ਮੈਂ ਝਬਰਾ ਤੋਂ ਬੋਲੋ ਦੋ ਨਾ ਤੇਰਾ ਵੀ ਇਸ਼ਕ ਜੀ ਰਾਂਝਾ ਬਨ ਕੇ ਦਾਲ ਤਿਆਰ ਹੋਇਆ ਵਾਹ ਕੀਤਾ ਪਾਰ ਦਾ ਚਾ ਸਮਾਨ ਮੀਆਂ ਹਿਜ਼ਰ ਪੀਰ ਤੇ ਅੱਲਾ ਨੂੰ ਯਾਦ ਕਰਕੇ ਛੱਡ ਖੁਸ਼ੀ ਤੇ ਸ਼ਾਨ ਗੁਮਾਨ ਮੀਆਂ ਡਰ ਮੌਤ ਦਾ ਮੋਲ ਨਿਆਸ਼ਿਕਾਂ ਨੂੰ ਡਰ ਮੌਤ ਦਾ ਮੋਲ ਨਿਆਸ਼ਿਕਾਂ ਨੂੰ ਨਾ ਕੁਝ ਆਪਣਾ ਸ਼ੌਕ ਨਿਸ਼ਾਨ ਮੀਆਂ ਵਾਰਸ ਸਭ ਦੁਨੀਆ
ਦਗੇਬਾਜ਼ ਜੀ ਰੱਖ ਰੱਬ ਦੀ ਤਰਫ ਧਿਆਨ ਮੀਆਂ। ਬਹੁਤ ਸ਼ੁਕਰੀਆ। ਲਓ ਜੀ, ਇਹ ਕਾਰੀ ਫਿਆਜ਼ ਸਾਹਿਬ ਆ ਗਏ ਨੇ, ਸ਼ਮਸੇ ਟੱਡੇ ਵਾਲੇ ਕਾਰੀ ਫਿਆਜ਼ ਸਾਹਿਬ। ਇਹ ਇੱਥੇ ਕੋਲ ਰਿਹਾ ਕਰੋ ਨਾ, ਇਹ ਤਾਂ ਇਹਨਾਂ ਨੂੰ ਸਾਰੀ ਰਾਤ ਅਸੀਂ ਤੁਹਾਨੂੰ ਵੀ ਬੁਲਾਉਂਦੇ ਰਹਿਣਾ, ਕਿਉਂਕਿ ਬੜੀ ਦੁਨੀਆ ਆਈ ਹੈ, ਅੱਗੇ ਟੁਰਨਾ ਨਾ, ਅੱਗੇ ਟੁਰਦੇ ਰਹਿਣਾ। ਕਾਰੀ ਫਿਆਜ਼ ਕਿੱਥੇ ਹੋਏ? ਆ ਜਾ ਸਰਕਾਰ, ਇੱਥੇ ਪੱਗ ਬੰਨਣ ਦਾ ਟਾਈਮ ਨਹੀਂ। ਬੜੇ ਬੜੇ ਪੱਗਾਂ ਵਾਲੇ ਇੱਥੇ ਫਕੀਰ ਬਣ ਕੇ ਆਏ ਨੇ ਸਰਕਾਰ ਦੀ ਇੱਥੇ। ਅੱਛਾ ਯਾਰ, ਇੱਕ ਗੱਲ ਮੇਰੇ ਕੋਲ ਰਹਿ ਗਈ ਹੈ। ਇੱਥੇ ਨਾ ਇੱਕ ਬਰਕੀ ਦਾ ਬੰਦਾ ਬੈਠਾ, ਬਰਕੀ ਦਾ, ਆਹ ਵੇਖੋ ਮੇਰੇ ਸਾਹਮਣੇ, ਹਨੀਫ ਬਰਕੀ। ਅੱਛਾ ਇਹਦਾ ਨਾਮ ਬਰਕੀ ਨਹੀਂ, ਇਹਦਾ ਪਿੰਡ ਬਰਕੀ ਹੈ। ਬੜਾ ਵੱਡਾ ਮੇਲਾ ਕਰਾਉਂਦੇ ਨੇ ਉਹ, ਆਪ ਵੀ ਬੜਾ ਬਹੁਤ ਅੱਛਾ ਪੜ੍ਹਦਾ। ਅੱਜ ਕੱਲ੍ਹ ਤੁਸੀਂ ਯੂਟਿਊਬ 'ਤੇ ਵਹਿੰਦੇ ਹੋ, ਮਾਸ਼ਾਅੱਲਾ। ਇਹ ਵੀ ਤੁਹਾਨੂੰ ਆਪਣਾ ਦਰਦ ਸੁਣਾਉਣਗੇ, ਇਹਨਾਂ ਵੀ ਪੀਰਾਂ ਦੀ ਸੇਵਾ ਕੀਤੀ ਹੈ। ਅਤੇ ਕਾਰੀ ਫਿਆਜ਼ ਸਾਹਿਬ, ਦੋ ਲਾਈਨਾਂ ਪੜ੍ਹਨੀਆਂ ਨੇ, ਇੱਕ ਸ਼ੇਅਰ ਦੇ ਪੂਰਾ ਪੜ੍ਹਨਾ ਬਾਬਾ ਜੀ। ਦੋ ਲਾਈਨਾਂ ਪੜ੍ਹਨੀਆਂ, ਦੋ ਲਾਈਨਾਂ। ਇਹ ਆਡੀਸ਼ਨ ਚੱਲ ਰਿਹਾ, ਮਰਜ਼ੀ ਨਹੀਂ ਕਰਨੀ, ਠੀਕ ਹੈ? ਕਿੰਨੀਆਂ ਲੈਣਾ, ਕਿੰਨੀਆਂ? ਦੋ ਲਾਈਨਾਂ, ਸ਼ੇਅਰ ਹੀ ਨਹੀਂ ਮੁਕੰਮਲ ਹੁੰਦਾ ਸ਼ਰਬਤ ਜੋਗ ਦਾ ਘੋਲ ਮੈਂ ਪੀ ਮਨਾਏ ਮਕਾਮ ਫਨਾ ਦਾਏ ਸਬਾ ਰੇਤ ਦੀ ਕੰਧੇ ਜੀਵ ਨਾਈ ਇਜ਼ਰਾਈਲ ਨੇ ਪਾੜ ਨਸੀਬ ਨਾਈ ਅੱਜ ਕੱਲ ਜਹਾਨ ਦਾ ਸੈਲ ਮਿਲਾ ਕਿਸੇ ਨਿਤ ਨਾ ਹੁਕਮ ਤੇ ਥੀ
ਫਿਆਜ਼ ਸਾਹਿਬ ਬਹੁਤ ਅੱਛੇ ਐਡੀਸ਼ਨ ਚੱਲ ਰਿਹਾ, ਤੁਸੀਂ ਤਿੰਨ ਲੈਣਾ ਪਾਉਣੀ ਹੈ, ਕੋਈ ਗੱਲ ਨਹੀਂ। ਸਰਕਾਰ ਫਰਮਾਉਂਦੇ ਨੇ ਵਾਰਸ ਸਮੀਖਿਆ ਪਈਆਂ ਅੰਤ ਖਾ ਕੋਣਾ, ਲੱਖ ਆਪ ਹਯਾਤ ਜੇ ਪੀ ਬਣਾਈ। ਹਜ਼ਰਾਤ ਮੋਹਤਰਮ, ਜਿਹਨਾਂ ਨੂੰ ਪਤਾ ਲੱਗ ਜਾਵੇ ਨਾ ਕਿ ਅਸਲ ਜ਼ਿੰਦਗੀ ਤਾਂ ਅਗਲੀ ਹੈ, ਉਹ ਸਾਰੀ ਜ਼ਿੰਦਗੀ ਇਹੀ ਸੋਚਦੇ ਰਹਿੰਦੇ ਨੇ ਮਰਨਾ ਕਿੰਝ ਹੈ, ਉਹ ਬਣਾਉਂਦੇ ਰਹਿੰਦੇ ਨੇ ਮਰਨ ਨੂੰ। ਤਦ ਮੇਰੇ ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ, ਵਾਰਿਸ ਸ਼ਾਹ ਉਹ ਸਦਾ ਹੀ ਜੀਵਦੇ ਨੇ। ਸਾਰੇ ਬੋਲੋ, ਜਿੰਨਾਂ ਕੀਤੀਆਂ ਨੇਕ ਅੱਲਾ ਤੇਰੀ ਖੈਰ ਕਰੇ। ਲਓ ਜੀ, ਖਲੀਲ ਰਾਏਵਿੰਡ ਤੋਂ ਆ ਜੇ ਬਿਸਮਿਲਾ ਜੀ, ਨਸੀਰ ਸੰਧੂ ਸਾਹਿਬ ਸਾਡੇ ਬਹੁਤ ਅੱਛੇ ਪੜ੍ਹਨ ਵਾਲੇ। ਲਓ ਜੀ, ਉਹਨਾਂ ਸਟੇਜ ਦੇ ਉੱਤੇ ਕੋਸ਼ਿਸ਼ ਅਸਾਂ ਇੰਜ ਕਰਨੀ ਹੈ ਕਿ ਪਤਾ ਲੱਗੇ ਕਿ ਫਕੀਰ ਦੀ ਮਹਿਫਲ 'ਚ ਬੈਠੇ। ਹੁਣ ਜਿੰਨੇ ਕੁ ਬਹਿ ਗਏ ਹੋ ਨਾ, ਹੁਣ ਜਿਹੜਾ ਉੱਤੋਂ ਆਵੇ ਸਿਰਫ ਇਹ ਵੇਖ ਲਵੇ, ਇੱਕ ਬੰਦਾ ਸੀ ਨਾ ਉਹ ਫਕੀਰ ਦੀ ਮਹਿਫਲ 'ਚ ਜਿੱਥੇ ਜਗ੍ਹਾ ਲੱਭੀ ਤੇ ਬਹਿ ਗਿਆ। ਉਹ ਬੰਦਾ ਸੀ ਬੜਾ ਵੱਡਾ ਅਫਸਰ, ਆਇਆ ਮਸਕੀਨਾਂ ਵਾਲੇ ਕੱਪੜੇ ਪਾ ਕੇ, ਉਹਨੂੰ ਕਿਸੇ ਮੰਗਦਾ ਸਮਝ ਕੇ 20 ਰੁਪਈਏ ਦੇ ਦਿੱਤੇ। ਉਹ ਬੜਾ ਖੁਸ਼ ਹੋਇਆ, ਰੋਣ ਲੱਗ ਪਿਆ, ਬਹਿ ਜਾਓ ਜੀ ਬਹਿ ਜਾਓ, ਨਸੀਰ ਸਾਹਿਬ ਉਹ ਤੇਰੀ ਖੈਰ ਹੋ ਜੇ, ਬਹਿ ਜਾ ਥੱਲੇ ਬਹਿ ਕੇ ਇੱਕ ਦੂਜੇ ਨੂੰ ਕਹਿ ਕੀ ਹਾਲ ਹੈ, ਬਹਿ ਜਾ ਵੇਖ ਕਿੱਡੀ ਗੱਲ ਚੱਲ ਰਹੀ, ਕਿੱਥੇ ਗੱਲ ਚੱਲ ਰਹੀ ਹੈ, ਕੀ ਕਹਿ ਰਹੇ ਸਾਂ ਅਸੀਂ। ਉਹਨੇ 20 ਰੁਪਈਏ ਦਿੱਤੇ ਤੇ ਅੱਥਰੂ ਆ ਗਏ ਉਹਦੇ। ਉਹ ਜਦੋਂ ਬਾਹਰ ਨਿਕਲਿਆ ਨਾ, 6 ਗੱਡੀਆਂ ਉਹਨੂੰ ਲੈਣ ਆਈਆਂ, ਉਹ ਜਿਹਨੇ 20 ਰੁਪਈਏ ਦਿੱਤੇ ਸੀ ਪਤਾ ਕੀ ਕਹਿੰਦਾ? ਉਹ ਕਹਿੰਦਾ ਕਿਹਨੂੰ ਹੱਥ ਦੇ ਬੈਠਾ ਹੈ ਤੇ 20 ਰੁਪਈਏ ਮੈਂ ਕਿਹਨੂੰ ਦੇ ਬੈਠਾ। ਉਹਨੇ ਪਿੱਛੇ ਪਿੱਛੇ ਕੀਤੀ ਨਾ ਜਦੋਂ ਗੱਡੀ ਆਪਣੀ, ਤੇ ਵੇਂਦਾ ਕੀ ਹੈ, ਬਹੁਤ ਵੱਡਾ ਅਫਸਰ ਹੈ, ਬੜਾ ਵੱਡਾ ਬੰਗਲਾ ਹੈ, ਉਹਦੇ ਵਿੱਚ ਜਨਾਬ ਬੜੇ ਮੁਲਾਜ਼ਮ ਖੜੇ ਨੇ। ਉਹ ਬੂਹੇ ਤੇ ਜਾ ਕੇ ਕਹਿੰਦਾ, ਭਾਈ ਮੇਰੇ ਤੋਂ ਗਲਤੀ ਹੋ ਗਈ, ਮੈਂ ਤੈਨੂੰ ਮੰਗਤਾ ਸਮਝ ਕੇ 20 ਰੁਪਈਏ ਦੇ ਬੈਠਾ। ਲੈ ਜੇ ਆਪਣੇ ਆਪਣੇ ਪੀਰ ਨਾਲ ਤੈਨੂੰ ਹੈ ਨਾ ਪੂਰੀ ਮੁਹੱਬਤ, ਤੇ ਫਿਰ ਇਸ ਜੁਮਲੇ ਤੇ ਪਹੁੰਚੇਗਾ ਤੂੰ ਜ਼ਰੂਰ। ਉਹ ਗੇਟ ਤੇ ਕਹਿੰਦਾ, ਮੈਨੂੰ ਉਹਨੂੰ ਕਿਹਾ ਜੇ ਮਿਲਾਓ ਜ਼ਰਾ। ਉਹਨੇ ਕਿਹਾ ਚੱਲ ਚੱਲ। ਉਹਨੇ ਕਿਹਾ, ਭਾਈ ਉਹਨੂੰ ਸਿਰਫ ਇੰਨਾ ਕਹੋ 20 ਵਾਲਾ ਆਇਆ ਹੈ। ਕਿਹੜਾ ਆਇਆ? 20 ਵਾਲਾ। ਉਹ ਜਾ ਕੇ ਕਹਿੰਦੇ ਨੇ ਸਾਰੇ ਕਿ 20 ਵਾਲਾ ਆਇਆ। ਉਹਨੇ ਕਿਹਾ, ਖਲੋ, ਉਹਨੂੰ ਖਿਲਾਰੋ ਖਿਲਾਰੋ, ਉਹਨਾਂ ਅੰਦਰ ਲਿਆਓ, ਉਹਨਾਂ ਅੰਦਰ ਲਿਆਓ। ਉਹ ਅੰਦਰ ਲੈ ਗਏ। ਮੈਂ ਸਿਰਫ ਦੱਸਣ ਲੱਗਾ, ਫਕੀਰ ਦੀ ਸਾਫ 'ਚ ਜਿੱਥੇ ਜਗ੍ਹਾ ਲੱਭ ਜੇ ਫਖਰ ਹੁੰਦਾ ਹੈ, ਮੇਰੇ ਵੱਲ ਵੇਖਣਾ। ਉਹ ਨਾ ਉੱਠ ਕੇ ਖਲੋ ਗਿਆ, ਉਹਦੇ ਨਾਲ ਮੁਲਾਜ਼ਮ ਵੀ ਉੱਠ ਕੇ ਖਲੋ ਗਿਆ। ਉਹਨੇ ਕਿਹਾ, ਇਹ ਤਾਂ ਬੰਦਾ ਤਾਂ ਮਾੜਾ ਜਿਹਾ, ਇਹਦੇ ਉੱਠ ਕੇ ਖਲੋਤਾ ਹੈ। ਉਹ ਪਤਾ ਕੀ ਕਹਿੰਦਾ? ਕਹਿੰਦਾ, ਸਰ ਜੀ ਮੇਰੇ ਤੋਂ ਗਲਤੀ ਹੋ ਗਈ ਹੈ, ਮੈਨੂੰ ਮਾਫ਼ ਕਰ ਦਿਓ, ਮੈਨੂੰ ਕੀ ਪਤਾ ਸੀ ਤੁਸੀਂ ਐਡੇ ਵੱਡੇ ਅਫਸਰ ਹੋ, ਮੈਂ ਤਾਂ ਤੁਹਾਨੂੰ ਮੰਗਤਾ ਸਮਝ ਕੇ 20 ਰੁਪਈਏ ਦੇ ਦਿੱਤੇ ਨੇ। ਉਹ ਅਫਸਰ ਅੱਗੋਂ ਪਤਾ ਕੀ ਕਹਿੰਦਾ? ਉਹ ਮੇਰਾ ਸਾਰਾ ਕੁਝ ਲੈ ਲੈ, ਉਹ ਕੋਠੀ ਲੈ ਲੈ, ਬੰਗਲਾ ਲੈ ਲੈ, ਪੈਸਾ ਲੈ ਲੈ, ਉਹ ਜੋ ਮਰਜ਼ੀ ਲੈ ਲੈ, ਇਹ 20 ਮੈਂ ਨਹੀਂ ਦੇਣੇ। ਪਤਾ ਕਿਉਂ? ਦਿਨ ਕਿਆਮਤ ਦਾ ਹੋਵੇਗਾ ਤੇ ਇਹ 20 ਮੇਰੀ ਜ਼ਮਾਨਤ ਬਣ ਕੇ ਕਹਿਣਗੇ, ਤੇਰੇ ਫਕੀਰ ਦੀ ਮਹਿਫਲ 'ਚ ਗਿਆ ਸਾਂ ਤੇ ਲੋਕਾਂ ਮੈਨੂੰ ਮਸਕੀਨ ਸਮਝਿਆ। ਲੋ ਜੀ ਖਲੀਲ ਸਾਹਿਬ। ਰੂਪ ਗੁਮਾਨ ਪਰਿਏ ਹਟ ਕੇ ਲਿਏ ਛੈਲ
छबिलिए नी आशिक पार फकीर ते नाग काले बाज मंत्रों मूल ना के लिए नी ए जो बना ठग बदार दाया टूने हारिए रंग रंगीलिए नी तेरे पलंग दा रंग ना रूप कटिया ना कर शोदिया नाल बखीलिए नी बाबे वा तेरी कार में सोना पड़ना ਇਹ ਪਤਾ ਕਦੋਂ ਦੀ ਗੱਲ ਹੈ ਜਦੋਂ ਹੀਰ ਛਮਕ ਕੇ ਲੈ ਕੇ ਆਈ ਨਾ ਉਹਨੂੰ ਸਹੇਲੀਆਂ ਦੱਸਿਆ ਤੇਰੇ ਪਲੰਗ ਤੇ ਕੋਈ ਸੁੱਤਾ ਤੇ ਹੀਰ ਦੇ ਪਲੰਗ ਤੇ ਰਾਂਝਾ ਹੀ ਬਹਿ ਸਕਦਾ ਕੌਣ ਬਹਿ ਸਕਦਾ ਰਾਂਝਾ ਹੀ ਛਮਕ ਲੈ ਕੇ ਆ ਕੇ ਅੰਜ ਮਾਰਨ ਲੱਗੀ ਜਦੋਂ ਰਾਂਝੇ ਨੂੰ ਵੇਖਿਆ ਨਾ ਤੇ ਦੋ ਨੈਣ ਜਦੋਂ ਚਾਰ ਹੋਏ ਤੇ ਹੀਰ ਆਈ ਮਾਰਨ ਸੀ ਤੇ ਪਤਾ ਕੀ ਕਹਿੰਦੀ ਹੈ ਐ ਪਲੰਗ ਤੇ ਹੀਰ ਸਭ ਥਾਂ ਤੇਰੀ ਐ ਪਲੰਗ ਤੇ ਹੀਰ ਸਭ ਥਾਂ ਤੇਰੀ ਹਜ਼ਰਤ ਮੁਹਤਰਮ ਪਤਾ ਗੱਲ ਕੀ ਹੈ ਸਾਡਾ ਮਕਸਦ ਆਡੀਸ਼ਨ ਹੈ ਕੋਸ਼ਿਸ਼ ਇਹ ਵੇ ਕਿ ਜਲਦੀ ਜਲਦੀ ਅਸੀਂ ਮਕਸਦ 'ਤੇ ਆਈਏ ਇਕਤਸਾਰ ਦੇ ਨਾਲ ਅਤੇ ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਇੱਕ ਅਸੀਂ ਮੁਕਤਸਰ ਔਰ ਜਾਮੇ ਪ੍ਰੋਗਰਾਮ ਦਈਏ ਇਹ ਜਿਹੜਾ ਆਡੀਸ਼ਨ ਹੈ ਇਹ ਚੱਲਦਾ ਰਹੇਗਾ ਜਦੋਂ ਅਸੀਂ ਫਾਈਨਲ ਬੰਦੇ ਕਰਾਂਗੇ ਨਾ ਉਹਨਾਂ ਨੂੰ ਜਿਹੜੇ ਸ਼ੇਅਰ ਪੜਾਵਾਂਗੇ ਨਾ ਉਹਦੀ ਇਨਸ਼ਾਅੱਲਾ ਤੁਹਾਨੂੰ ਸਾਰੀ ਇਨਸ਼ਾਅੱਲਾ ਨਾਲ ਨਾਲ ਕਰਦੇ ਆਵਾਂਗੇ ਲਓ ਜੀ ਵਾਰਸ ਸਾਹਿਬ ਸਾਹਿਲ ਸਾਹਿਲ ਫਿਆਜ਼ ਆਵੇ ਜੀ ਰੁਲਾਕ ਬੇਦੀਤ ਹੋਈਏ ਲਾ ਸੁੱਟੀਆਂ ਸ਼ਰਮ ਹਯਾਂ ਨੇ
ਸਫਾਈਆਂ ਨੇ ਵਾਰਸ ਸ਼ਾਹ ਦੇ ਨਾਲ ਤੂੰ ਗੋਠ ਕਰਕੇ ਹੋ ਚਾਈਆਂ ਹਾਂ ਜਿਵੇਂ ਬੱਚੇ ਆ ਤੇਰੇ ਸਾਨੂੰ ਲੰਗਰ ਫੜ ਲਾ ਆਪਣਾ ਆਪਣੀ ਆਪਣੀ ਮਦਦ ਆਪ ਦਿੱਤਾ ਆਪਣੀ ਮਦਦ ਫੜ ਲਓ ਯਾਰ ਹੁਣ ਸਾਰੇ ਕੰਮ ਮੈਂ ਹੀ ਕਰਨਾ ਜਦੋਂ ਮੇਲੇ ਤੇ ਆਈਏ ਤਿੰਨ ਚਾਰ ਬੰਦੇ ਆਈ ਤੱਕ ਚੱਲ ਇੱਕ ਬੰਦਾ ਨਾਲ ਆਇਆ ਤੇ ਕੰਮ ਕਰ ਲਿਆ ਖੈਰ ਮੈਨੂੰ ਇੱਕ ਨਾ ਸਰ ਤੁਹਾਡੀ ਨਜ਼ਰ ਜੀ ਜੀ ਮੈਂ ਤੁਸੀਂ ਇਨਸ਼ਾਅੱਲਾ ਤੁਸੀਂ ਆਪਣੇ ਬੱਚੇ ਦੀ ਡਿਊਟੀ ਬਣਾਈ ਤੁਹਾਡੀ ਖੈਰ ਤੁਹਾਡੀ ਨਜ਼ਰ ਹੈ ਕੱਲ੍ਹ ਨਾ ਇੱਕ ਫੈਮਿਲੀ ਆਈ ਬੜੀ ਪੜ੍ਹੀ ਲਿਖੀ ਤਾਂ ਮੈਨੂੰ ਫੀਲ ਹੁੰਦਾ ਕਿ ਚਲੋ ਇਹਨਾਂ ਨੂੰ ਇੰਟਰਟੇਨ ਕਰਨਾ ਕੋਈ ਸ਼ੇਅਰ ਸੁਣਾਉਣਾ ਜੀ 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 ਸਰ ਸਰ ਫਾਈਨਲਿਸਟ ਫਾਈਨਲਿਸਟ ਇਨਸ਼ਾਅੱਲਾ ਗੱਲ ਇਹ ਵੇ ਉਹਨਾਂ ਨੇ ਇੱਕ ਜੁਮਲਾ ਕਿਹਾ ਜਿਹੜਾ ਅਕਸਰ ਲੋਕ ਕਹਿੰਦੇ ਨੇ ਚਾਚੇ ਬਾਬੇ ਸੁਣ ਰਹੇ ਹੋ ਮੇਰੀ ਗੱਲ ਮੇਲਿਆਂ 'ਤੇ ਜਾਂਦੇ ਹੋ ਨਾ ਉਹ ਕੱਲ੍ਹ ਇੱਕ ਮੈਨੂੰ ਨਾ ਪੜ੍ਹਿਆ ਲਿਖਿਆ ਬੰਦਾ ਕਹਿੰਦਾ ਇੱਥੇ ਕਹਿੰਦਾ ਰਫਾਨ ਸਾਰੀ ਜੀ ਬਿਲਕੁਲ ਬਿਲਕੁਲ ਉਹ ਕਹਿੰਦੇ ਨੇ ਮੇਲੇ ਤੋਂ ਇਲਾਵਾ ਜਾਈਏ ਨਾ ਮੇਲੇ ਤੋਂ ਇਲਾਵਾ ਜੁਮਲਾ ਜਾਇਆ ਨਾ ਕਰਿਆ ਜੇ ਪਤਾ ਕੀ ਗੱਲ ਹੈ ਇਹ ਜੁਮਲੇ ਦੀ ਬਿਸਤੀ ਹੁੰਦੀ ਹੈ ਫਿਰ ਅਲਵੇ ਉਹਨੇ ਕਿਹਾ ਮੇਲਿਆਂ ਤੋਂ ਇਲਾਵਾ ਜਾਈਏ ਬੜਾ ਮਜ਼ਾ ਆਉਂਦਾ ਮੈਂ ਕਿਹਾ ਸਰ ਨਹੀਂ ਮੈਂ ਇਹ ਗੱਲ ਇੱਕ ਦਰਵੇਸ਼ ਨੂੰ ਪੁੱਛੀ ਸੀ ਮੈਂ ਕਿਹਾ ਬਾਬਾ ਲੋਕ ਇਹ ਬੜੀ ਗੱਲ ਕਰਦੇ ਨੇ ਮੇਲਿਆਂ ਤੋਂ ਇਲਾਵਾ ਜਾਈਏ ਤੇ ਮਜ਼ਾ ਬੜਾ ਆਉਂਦਾ ਮੈਂ ਕਿਹਾ ਸੋਹਣਿਆ ਜਦੋਂ ਮੈਂ ਗੱਲ ਪੁੱਛੀ ਨਾ ਤੇ ਉਹ ਬਾਬਾ ਮੈਨੂੰ ਪਤਾ ਕਹਿੰਦਾ ਕਹਿੰਦਾ ਰਫਾਨ ਸਾਰੀ ਉਹ ਨਹੀਂ ਯਾਰ ਇੰਨੀ ਨਹੀਂ ਸਵਾਦ ਆਉਂਦਾ ਅੱਲਾ ਦੀ ਮਖਲੂਕ ਆਈ ਹੋਵੇ ਨਾ ਮੇਲੇ ਤੇ ਵਿੱਚ ਉਸਰ ਮੁਸਰ ਜਾਈਏ ਤੇ ਤਦ ਮੇਲਾ ਹੁੰਦਾ ਹੈ ਉਹ ਕੋਈ ਧੱਕਾ ਪਵੇ ਕੋਈ ਕੰਧ ਨੂੰ ਵੱਜੇ ਕੋਈ ਤੇਰਾ ਸਿਰ ਵੱਜੇ ਇਸ਼ਕ ਨਾਲ ਜਾਏ ਤੇ ਤੈਨੂੰ ਮੇਲੇ ਦਾ ਸਵਾਦ ਆਵੇ ਪਤਾ ਕੀ ਗੱਲ ਹੈ ਹਜ਼ਰਤ ਮੁਹਤਰਮ ਖਾਜਾ ਗੁਲਾਮ ਫਰੀਦ ਪਤਾ ਕੀ ਫਰਮਾਉਂਦੇ ਨੇ ਉਹ ਘਰ ਘਰ ਦੇ ਵਿੱਚ ਧੁੰਮਾਂ ਪਈਆਂ ਉਸ ਨੂੰ ਰਾਂਝੇਟੇ ਯਾਰ ਦੀਆਂ ਅੱਜ ਉਸ ਰਾਂਝੇ ਦੀ ਗੱਲ ਹੈ ਜਿਹਦੀਆਂ ਇੱਕ ਨਹੀਂ ਕਈ ਹੀਰਾਂ ਛਦਾਈ ਨੇ ਖਾਜਾ ਸਾਹਿਬ ਫਰਮਾਉਂਦੇ ਨੇ ਘਰ ਘਰ ਦੇ ਵਿੱਚ ਧੁੰਮਾਂ ਪਈਆਂ ਉਸ ਨੂੰ ਰਾਂਝੇਟੇ ਯਾਰ ਦੀਆਂ ਉਹ ਕਈ ਹੀਰਾਂ ਵਿੱਚ ਜੰਗ ਤੁਰ ਲਾਉਣ ਅਤੇ ਤਨ ਮਨ ਜਿਹੜੀਆਂ ਪਾਰ ਦੀਆਂ ਕਈ ਸੱਸੀਆਂ ਵਿੱਚ ਥਲਾਂ ਦੇ ਰੁਲੀਆਂ ਅਤੇ ਤਾਲਬ ਹਰ ਦੀਦਾਰ ਦੀਆਂ ਗੁਲਾਮ ਫਰੀਦਾ ਜੋ ਰਾਵਾਂ ਚੋਂ ਮੁੜੀਆਂ ਉਰਵਾਰ ਦੀਆਂ ਨਾ ਉਰਵਾਰ ਦੀਆਂ ਨਾ ਪਾਰ ਦੀਆਂ ਲਓ ਜੀ ਸਾਡੇ ਦਰਮਿਆਨ ਇਹ ਖਾਲਦ ਕਾਦਰੀ ਬੈਠਾ ਕਿੱਥੋਂ ਫੈਸਲਾਬਾਦ ਤੋਂ ਖੈਰ ਹੋਵੇ ਇੱਥੋਂ ਕਰਾਚੀਓਂ ਲੋਕ ਆਏ ਨੇ ਇੱਥੋਂ ਪਤਾ ਨਹੀਂ ਕਿੱਥੋਂ ਕਿੱਥੋਂ ਕੌਣ ਆਇਆ ਇਹ ਜਿਹੜੇ ਬੰਦੇ ਮਿੱਟੀ 'ਤੇ ਬੈਠੇ ਨੇ ਨਾ ਮੈਂ ਜ਼ਰੂਰ ਕਵਾਂਗਾ ਖੁਦਾ ਜਾਣਦਾ ਸਾਨੂੰ 30-32 ਸਾਲ ਵਿਹਦਿਆਂ ਹੋ ਗਏ ਨੇ ਇੱਥੇ ਉਹ ਮੈਲੇ ਕੱਪੜਿਆਂ ਵਾਲੇ ਬੈਠੇ ਨੇ ਵਿੱਚ ਸਾਨੂੰ ਨਹੀਂ ਪਤਾ ਕੌਣ ਬੈਠਾ
ਜਿਹਨੂੰ ਸਮਝ ਲੱਗੀ ਹੈ ਨਾਰਾ ਮਾਰੇ ਨਾਰਾ ਹੈਦਰੀ। ਇਹ ਨਹੀਂ ਕਹਿਣਾ ਮੈਂ ਉੱਥੋਂ ਆਇਆ, ਇੱਥੇ ਖਰੇ ਕਿੱਥੋਂ ਆਏ ਨੇ ਲੋਕ? ਕਿਉਂ ਜੀ ਬਲਾਲ ਸਾਹਿਬ, ਹਨੀਬ ਬਰਕੀ ਸਾਹਿਬ, ਨਸੀਰ ਸਾਹਿਬ, ਸਹੀ ਗੱਲ ਹੈ ਨਾ? ਤੋ ਇਹ ਫਕੀਰ ਦੀ ਬਾਰਗਾਹ, ਤੇਰੀ ਸਰਕਾਰ ਮੈਂ ਪਹੁੰਚੇ ਤੋ ਸਭੀ ਇੱਕ ਹੋਏ। ਹਜ਼ਰਤ ਮੋਹਤਰਮ ਖਾਲਦ ਕਾਦਰੀ ਸਾਹਿਬ ਆਓ, ਦੋ ਨੈਣਾ। ਇਹ ਵੇਖੋ ਇੱਕ ਹੋਰ ਮਹਿਕਮਾ ਆਇਆ, ਇਹ ਮਹਿਕਮਾ ਸਿਕਿਉਰਿਟੀ ਬ੍ਰਾਂਚ ਹੈ। ਇਹ ਸਿਕਿਉਰਿਟੀ ਬ੍ਰਾਂਚ ਦਾ ਮਹਿਕਮਾ ਜਿਹੜਾ ਨਾ, ਇਹ ਵੇਖ ਲਓ ਇਹ ਵੀ ਦਿਨ ਰਾਤ ਇੱਕ ਕਰਕੇ, ਇਹ ਪਤਾ ਕਿਹੜਾ ਮਹਿਕਮਾ ਹੈ? ਇਹਨੇ ਪੂਰੇ ਪੈਕੇਜ ਨੂੰ ਸਿਕਿਉਰਿਟੀ ਦੇਣੀ ਹੁੰਦੀ ਹੈ, ਜਿਹੜਾ ਈਵੈਂਟ ਹੋ ਰਿਹਾ, ਕਿਹਦੀ ਕਿੱਥੇ ਡਿਊਟੀ ਲਾਉਣੀ ਹੈ, ਕਿਹੜੀ ਸ਼ਿਫਟ ਬਣਾਉਣੀ ਹੈ, ਕੀ ਕਰਨਾ ਹੈ, ਇਹ ਕਰਨਾ। ਇਹ ਇਹਨਾਂ ਦੇ ਮਹਿਕਮੇ ਨੂੰ ਹੀ ਸਲਾਮ ਹੈ ਜੀ, ਮਹਿਕਮਾ ਸਿਕਿਉਰਿਟੀ ਬ੍ਰਾਂਚ ਦੇ ਨਾਂ ਦੀਆਂ ਤਾੜੀਆਂ ਜੀ ਸਾਰੇ। ਵੇਖੋ ਇੱਜ਼ਤ ਇਹਨਾਂ ਦੀ ਬਣਦੀ ਹੈ ਦਿਨ ਰਾਤ ਹੋ ਗਿਆ। ਲਓ ਜੀ ਬਿਸਮਿਲਾ, ਥੱਲੇ ਬਹਿ ਜਾਓ, ਕੋਈ ਗੱਲ ਨਹੀਂ। ਖੈਰ ਰਾਂਝੇ ਅੱਖਿਆ ਖਿਆਲ ਨਾ ਪੋ ਮੇਰੇ ਸ਼ੀ ਸਪ ਫਕੀਰ ਦੇਸ ਕਿਹਾ ਜਵਾਂ ਗੁਮ ਮੁਲਿਆ ਦੇਸ ਛੱਡੇ ਅਸਾਂ ਜ਼ਾਤ ਸਿਫਾਤ ਤੇ ਕੇਸ ਕਿਆ ਵਚਨ ਦਮਾਂ ਦੇ ਨਾਲ ਤੇ ਰਾਤ ਜੋਗੀ ਸਾਡਾ ਸਾਕਿਕ ਬਿਰੜਾ ਵੇਖ ਕਿਆ ਜਿਹੜਾ ਵਤਨ ਤੇਰਾ ਮਨ ਧਿਆਨ ਰੱਖੇ ਵੇ ਦੁਨੀਆ ਦਾਰ ਹੈ ਉਧਰ ਵੇਖ ਕਿਆ ਦੁਨੀਆ ਨਾਲ ਹੈ ਪਿਓਜ਼ ਹੈ ਸੱਚਿਆ ਪੱਥਰ ਜੋੜਨ ਨਾਲ ਸ੍ਰੇਸ਼ ਕਿਆ ਜਿਨ ਖਾਕ ਦਰਖਾ ਕਫਨਾ ਹੁਣ ਵਾਰਸੀ ਸ਼ਾਹ ਫਿਰ ਤਨਹਾਨੂੰ ਸ਼ੁਕਰੀਆ ਜੀ ਕਾਦਰੀ ਸਾਹਿਬ, ਤੁਹਾਡਾ ਬੜਾ ਹੀ ਸ਼ੁਕਰੀਆ।